ਪਰਮ ਸਰਕਾਰਯੋਗ ਸਾਧ ਸੰਗਤ ਜੀ ਸਾਰੀ ਰਸਨਾ ਪਵਿੱਤਰ ਕਰੀਏ ਤੇ ਆਖੀ ਤਾਨਸੀਹ ਸਾਧਗੁਰੂ ਰਾਮ ਸਿੰਘ ਜੀ ਤਾਨਸੀਹ ਸਾਧਗੁਰੂ ਜਗਜੀਤ ਸਿੰਘ ਜੀ ਤਾਨਸੀਹ ਸਾਧਗੁਰੂ ਉਦੇਸ ਸਿੰਘ ਜੀ ਸਾਧ ਸੰਗਤ ਜੀ ਅਸੀਂ ਕੱਲ ਤੋਂ ਸੂਬਾ ਕਰਤਾਰ ਸਿੰਘ ਜੀ ਦੁਆਰਾ ਦੱਸੀ ਹੋਈ ਸਾਖੀਆਂ ਦਾ ਆਨੰਦ ਮਾਣ ਰਹੇ ਹਾਂ ਅੱਜ ਇੱਕ ਹੋਰ ਸਾਖੀ ਹੈ ਜਿਹਦੇ ਵਿੱਚ ਸੂਬਾ ਕਰਤਾਰ ਸਿੰਘ ਜੀ ਦੱਸਦੇ ਹਨ ਕਿ ਹਰੀਦਵਾਰ ਅਰਧਕੂਮੀ ਦਾ ਮੇਲਾ ਸੀ ਸ਼ੀਸਾਗੁਰ ਆਮ ਸਿੰਘ ਜੀ ਨੇ ਹਰੀਦਵਾਰ ਇਸ ਅਰਧਕੂਮ ਦੇ ਮੇਲੇ ਤੇ ਆਪਣੇ ਨਾਲ ਕੋਈ 15 ਕੁ ਹਜ਼ਾਰ ਸਿੰਘਾਂ ਸਿੰਘਣੀਆਂ ਸਮੇਤ ਦਰਸ਼ਨ ਦਿੱਤੇ ਜਦੋਂ ਹਰੀਦਵਾਰ ਮੇਲੇ ਤੇ ਗਏ ਤਾਂ ਰਸਤੇ ਵਿੱਚ ਜਾਂਦਿਆਂ ਇੱਕ ਪਹਾੜੀ ਤੋਂ ਸੱਚੇ ਪਾਤਸ਼ਾਹ ਜੀ ਨੇ ਬਾਬਾ ਲੱਖਾ ਸਿੰਘ ਨੂੰ ਨਾਲ ਲੈ ਇੱਕ ਪੱਥਰ ਹਟਾਉਣ ਲਈ ਹੁਕਮ ਕੀਤਾ ਸ਼ੀਸਾਗੁਰ ਆਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਟੇੜ ਕਚਹਿਰਾ ਸਿਰ ਤੇ ਦਸਤਾਰ ਮੋਢੇ ਤੇ ਪਰਨਾ ਤੇ ਹੱਥ ਵਿੱਚ ਇੱਕ ਛੋਟੀ ਫੜੀ ਹੋਈ ਸੀ ਜਦ ਬਾਬਾ ਜੀ ਕੋਲੋਂ ਪੱਥਰ ਨਾ ਹਟਿਆ ਤਾਂ ਪਾਸ਼ਾ ਜੀ ਨੇ ਆਪਣੀ ਛੋਟੀ ਨਾਲ ਉਹ ਪੱਥਰ ਹਟਾਇਆ ਅੰਦਰ ਇੱਕ ਸੁਰੰਗ ਸੀ ਪਾਸ਼ਾ ਜੀ ਨੇ ਬਾਹਰ ਹੀ ਜਿਹੜੇ 2-3 ਸਿੱਖ ਨਾਲ ਅੰਦਰ ਗਏ ਉਹਨਾਂ ਨੂੰ ਇਹ ਹੁਕਮ ਕਰ ਦਿੱਤਾ ਕਿ ਉਹ ਆਪਣੇ ਨਾਲ ਰੂਹ ਲੈ ਲੈਣ ਅੰਦਰ ਇੱਕ yogi ਮਿਲੇਗਾ ਜਿਸ ਨੇ ਆਪਣੇ ਸਵਾਸ ਦਸਵੇਂ ਦੁਆਰ ਚੜਾਏ ਹੋਏ ਹਨ ਤੁਸੀਂ ਉਸ ਯੋਗੀ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕਰਕੇ ਉਸ ਨੂੰ ਹੋਸ਼ ਵਿੱਚ ਲਿਆਉਣਾ ਹੈ ਸਿੱਖਾ ਨੇ ਹੁਕਮ ਮੰਨ ਇਸੇ ਤਰ੍ਹਾਂ ਕੀਤਾ ਨਾਲ ਰੂਹ ਲੈ ਲਿਆ ਜਦ ਅੰਦਰ ਗਏ ਤਾਂ ਵੇਖਿਆ ਕਿ ਅੰਦਰ ਸੱਚੀ ਮੁੱਚੀ ਇੱਕ ਯੋਗੀ ਸਵਾਸ ਚੜਾਈ ਬੈਠਾ ਸੀ ਸਿੱਖਾ ਨੇ ਸਾਧਗੁਰੂ ਜੀ ਦੇ ਹੁਕਮ ਅਨੁਸਾਰ ਉਸ ਯੋਗੀ ਦੇ ਹੱਥ ਪੈਰ ਮਲੇ ਯੋਗੀ ਦੇ ਸਵਾਸ ਵਾਪਸ ਮੁੜੇ योगी ਨੇ ਅੱਖਾਂ ਬੰਦ ਤੇ ਹੀ ਸਵਾਲ ਕੀਤਾ ਕਲਯੁਗ ਹੂਆ ਹਾਂ ਯੋਗੀ ਜੀ ਕਲਯੁਗ ਹੂਆ ਪਾਸ਼ਾ ਜੀ ਜਵਾਬ ਦਿੱਤਾ ਪਾਸ਼ਾ ਜੀ ਹੁਕਮ ਕੀਤਾ ਆਪ ਨੇਤਰ ਖੋਲੋ ਤੇ ਦੇਖ ਲਓ ਮੈਂ ਆਪ ਜੀ ਨੂੰ ਦਰਸ਼ਨ ਦੇਣ ਆ ਗਿਆ ਹਾਂ ਉਹ ਹੀ ਤ੍ਰੇਤੀ ਯੁਗ ਦੇ ਸ਼੍ਰੀ ਰਾਮਚੰਦਰ ਯੋਗੀ ਨੇ ਨੈਤਰ ਖੋਲੇ ਤੇ ਦਰਸ਼ਨ ਕੀਤੇ ਯੁਗਾ ਦੀ ਤਪੱਸਿਆ ਕਬੂਲ ਹੋ ਗਈ ਪਾਸ਼ਾ ਜੀ ਬਚਨ ਕੀਤਾ ਹੋਰ ਕੋਈ ਇੱਛਾ ਨਹੀਂ ਬਾਦਸ਼ਾਹ ਬਾਦਸ਼ਾਹ ਜੀ ਨੇ ਸਿੱਖਾ ਨੂੰ ਉਸੇ ਰੂਹ ਵਿੱਚ yogi ਨੂੰ ਲੁਪੇਟ ਕੇ ਗੁਫਾ ਵਿੱਚੋਂ ਬਾਹਰ ਲਿਆਉਣ ਲਈ ਹੁਕਮ ਕੀਤਾ ਜਿਹੜੀ ਰੂਹ ਉਹ ਹੁਕਮ ਅਨੁਸਾਰ ਪਹਿਲਾਂ ਹੀ ਨਾਲ ਲੈ ਗਏ ਸਨ ਰੂਹ ਵਿੱਚ ਲੁਪੇਟ yogi ਨੂੰ ਗੁਫਾ ਵਿੱਚੋਂ ਬਾਹਰ ਲਿਆਏ ਤਾਂ yogi ਨੇ ਫੇਰ ਅਰਜ਼ੀ ਕੀਤੀ ਤ੍ਰੇਤਾ ਖਤਮ ਹੋਆ ਜੀ ਤ੍ਰੇਤਾ ਖਤਮ ਹੋ ਕੇ ਦੁਆਪਰ ਵੀ ਖਤਮ ਹੋ ਗਿਆ ਹੈ ਤੇ ਹੁਣ ਕਾਲਜੁਗ ਹੈ ਬਸ ਬਾਹਰ ਕਾਲਜੁਗ ਦੀ ਹਵਾ ਖਾ ਕੇ ਸ਼੍ਰੀ ਰਾਮਚੰਦਰ ਜੀ ਦੇ 12ਵੇਂ ਜਾਮੇ ਵਿੱਚ ਸ਼੍ਰੀ ਸਾਗੁਰ ਰਾਮ ਸਿੰਘ ਜੀ ਦੇ ਰੂਪ ਵਿੱਚ ਦਰਸ਼ਨ ਕਰਕੇ yogi ਨੇ ਆਪਣੇ ਸ્વાસ ਤਿਆਗ ਦਿੱਤੇ ਸਿੱਖਾਂ ਸੇਵਕਾਂ ਦੇ ਅਰਜ ਕਰਨ ਦੀ ਸ਼੍ਰੀ ਸਾਗੁਰ ਰਾਮ ਸਿੰਘ ਜੀ ਨੇ ਫਰਮਾਇਆ ਕਿ ਇਹ yogi ਉਸ ਵਕਤ ਉੱਥੇ ਖੜਾ ਸੀ ਜਦੋਂ ਨਾਲਤੀ ਨੀਲ ਨੂੰ ਸ਼੍ਰੀ ਰਾਮਚੰਦਰ ਜੀ ਨੇ ਉਨ੍ਹਾਂ ਵੱਲੋਂ ਬਣਾਏ ਹੋਏ ਪੁੱਲ ਦੀ ਸ਼ਾਬਾਸ਼ ਦੇਂਦਿਆਂ ਵਾਰ ਮੰਗਲ ਨੇ ਆਖਿਆ ਤਾਂ ਨਲ ਤੇ ਨੀਲ ਦੇ ਪਿਤਾ ਬਾਬਾ ਵਿਸ਼ਵਕਰਮਾ ਜੀ ਨੇ ਉਹਨਾਂ ਨੂੰ ਪਹਿਲਾਂ ਹੀ ਇਹ ਤਾਕੀਦ ਕੀਤੀ ਸੀ ਕਿ ਜੇ ਤੁਹਾਨੂੰ ਸ਼੍ਰੀ ਰਾਮਚੰਦਰ ਜੀ ਵਾਰ ਦੇਣ ਤਾਂ ਉਹਨਾਂ ਕੋਲੋਂ ਇਹੀ ਵਾਰ ਮੰਗਣਾ ਕਿ ਉਹ ਉਹਨਾਂ ਦੀ ਕੁਲ ਵਿੱਚ ਹੀ ਪ੍ਰਗਟ ਹੋਣ ਤੇ ਉਹਨਾਂ ਦੀ ਕੁਲ ਨੂੰ ਭਾਗ ਲਾਉਣ ਸੋ ਨਲ ਤੇ ਨੀਲ ਨੇ ਇਹੋ ਹੀ ਮੰਗ ਰੱਖੀ पातशाह जी ने सारा त्रेता युग विचारिया, विचरिया, फिर द्वापर बचन किता ए सारे तो पहला ही वंडे हुए हैं कि भी वेल नहीं है हाँ कलयुग भी श्री गुरु नानक देव जी अवतार लैन गए सारा कलयुग भोग सी नानक धार अवतार सारे कलयुग गुरु नानक देव जी ने ही अवतार लैना है सो उन्होंने बारहवें जामे ਮੈਂ ਇਸੇ ਹੀ ਨਾਮ ਤੇ ਸ਼੍ਰੀ ਰਾਮਚੰਦਰ ਜੀ ਤੋਂ ਰਾਮ ਸਿੰਘ ਦੇ ਨਾਮ ਤੇ ਅਵਤਾਰ ਧਾਰਾਂਗਾ। ਰਾਮ ਸਿੰਘ ਮੇਰੋ ਹੋਇਓ ਨਾਮਾ ਬਾਢੀ ਸੁਧ ਪਹਿਣੀ ਕੋਤਾਮਾ। ਅਰਥਾਤ ਰਾਮ ਸਿੰਘ ਮੇਰਾ ਨਾਮ ਹੋਵੇਗਾ ਤੇ ਸ਼੍ਰੀ ਭੈਣ ਸੇ ਪਿੰਡ ਵਿੱਚ ਤਰਖਾਣਾ ਦੇ ਘਰ ਮੇ ਪ੍ਰਗਟ ਹੋਵਾਂਗਾ। ਫਿਰ ਉਦੋਂ ਤੁਹਾਡੇ ਕੁੱਲ ਵਿੱਚ ਮੇਰੇ ਆਉਣ ਦਾ ਸਮਾ ਹੈ। ਕੋਲ ਇਹ ਯੋਗੀ ਸਾਰਾ ਕੁਝ ਸੁਣ ਰਿਹਾ ਸੀ। ਇਸਨੇ ਬਚਨ ਕੀਤਾ ਜਿਸ ਨੂੰ ਕੀ ਵੀ ਪਤਾ ਹੋਵੇਗਾ ਕਿ ਤੁਸੀਂ ਇਹੀ ਤ੍ਰੇਤੇ ਯੁਗ ਦੇ ਸ਼੍ਰੀ ਰਾਮਚੰਦਰ ਜੀ ਹੋ ਤਾਂ ਬਚਨ ਕੀਤਾ ਤੁਸੀਂ ਹਰੀਦੁਆਰ ਜਾ ਕੇ ਫਲਾਣੀ ਪਹਾੜੀ ਤੇ ਆਪਣੀ ਸਵਾਸ ਚੜਾ ਕੇ ਬੈਠ ਜਾਓ ਜਿਹੜਾ ਕਾਲ ਯੁਗ ਦੇ ਸ਼੍ਰੀ ਰਾਮਚੰਦਰ ਜੀ ਦਾ ਅਵਤਾਰ ਹੋਵੇਗਾ ਉਹ ਆਪ ਹੀ ਆ ਕੇ ਤੁਹਾਨੂੰ ਉੱਥੋਂ ਉਠਾਏਗਾ ਤੇ ਤੁਹਾਨੂੰ ਦਰਸ਼ਨ ਦੇ ਕੇ ਤੁਹਾਡਾ ਜਨਮ ਸਫਲਾ ਕਰੇਗਾ ਸੋ ਅੱਜ ਮੈਂ ਇਹਦੇ ਨਾਲ ਕੀਤਾ ਹੋਇਆ त्रेती युग ਦਾ ਵਚਨ ਹੀ ਪੂਰਾ ਕਰਨ ਇਸ ਕੋ ਲਾਇਆ ਹਾਂ ਤਾਂ ਸ੍ਰੀ ਸਤਗੁਰੂ ਆਮ ਸਿੰਘ ਜੀ ਤਾਂ ਸ੍ਰੀ ਸਤਗੁਰੂ ਆਮ ਸਿੰਘ ਜੀ ਇਹ ਗੱਲ ਸੁਭਾ ਕਰਤਾਰ ਸਿੰਘ ਜੀ ਦੱਸਦੇ ਹਨ ਕਿ ਉਹਨਾਂ ਦੇ ਪਿਤਾ ਹਰਦੇਵਾਲ ਸਿੰਘ ਜੀ ਨੂੰ ਬਾਬਾ ਕਿਸ਼ਨ ਸਿੰਘ ਛੂਤੀਏ ਨੇ ਸੁਣਾਈ ਜਿਹੜੇ ਕੀ ਹਰੀਦਵਾਰ ਸਤਗੁਰ ਜੀ ਦੇ ਜਨਮ ਸਮੇਂ ਨਾਲ ਸਨ ਤੇ 8-9 ਸਾਲ ਦੀ ਉਮਰ ਦੇ ਸਨ ਇਤਿਹਾਰੀ ਦੁਆਰ ਅਰਧਕੁੰਮੀ ਦੇ ਮੇਲੇ ਤੇ ਜਦ ਸਾਧਗੁਰੂ ਰਾਮ ਸਿੰਘ ਜੀ ਅੱਗੇ ਗਏ ਤਾਂ ਅੱਗੇ ਇੱਕ ਮਾਈ ਬ੍ਰह्म ਗਿਆਨਵਣ ਸੀ ਉਸ ਨੂੰ ਆਪਣੇ ਆਪ ਤੇ ਬੜਾ ਮਾਣ ਸੀ ਉਸ ਨੇ ਕਈ ਵਾਰ ਸਾਧਗੁਰੂ ਰਾਮ ਸਿੰਘ ਜੀ ਦੇ ਨਾਲ ਟਕਰਾਰ ਵਿੱਚ ਆ ਜਾਣਾ ਤੇ ਕਹਿਣਾ ਹਮ ਬ੍ਰह्म ਹਮ ਬ੍ਰह्म ਇੱਕ ਦਿਨ ਸਾਧਗੁਰੂ ਰਾਮ ਸਿੰਘ ਜੀ ਵੀ ਆਪਣੀ ਮੋਜ ਵਿੱਚ ਆ ਗਏ ਉਹਨਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਚੀਖਾ ਤਿਆਰ ਕਰੋ ਸੀਖਾ ਨੇ ਹੁਕਮ ਮੰਨ ਲਕੜੀਆਂ ਇਕੱਠੀਆਂ ਕਰ ਚੀਖਾ ਤਿਆਰ ਕਰ ਦਿੱਤੀ ਜਦ ਜਦ ਟੀ ਚੀਖਾ ਤਿਆਰ ਹੋ ਗਈ ਤਾਂ ਪਾਸ਼ਾ ਜੀ ਨੇ ਮਾਈ ਨੂੰ ਬੁਲਾ ਕੇ ਹੁਕਮ ਕੀਤਾ ਤੁਹਾਡੇ ਲਈ ਚੀਖਾ ਤਿਆਰ ਹੈ ਤੁਸੀਂ ਆਪਣੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਚੀਖਾ ਵਿੱਚ ਬੈਠਣਾ ਹੈ ਅੱਜ ਤੁਹਾਡੇ ਬ੍ਰਹਮ ਦੀ ਪ੍ਰੀਖਿਆ ਹੈ ਮਾਈ ਦਾ ਅੰਦਰੋਂ ਦਿਲ ਕੰਬਿਆ ਬੱਚੇ ਦਾ ਨਾਮ ਲਾਲ ਸਿੰਘ ਸੀ ਮਾਈ ਨੇ ਪਾਸ਼ਾ ਜੀ ਨੂੰ ਅਰਜ਼ ਕੀਤੀ ਆਪ ਜੀ ਇਸ ਬੱਚੇ ਨੂੰ ਰੱਖ ਲੋ ਮੈਂ ਚੀਖਾ ਵਿੱਚ ਬੈਠ ਜਾਂਦੀ ਹਾਂ ਕਿਉਂਕਿ ਉਸ ਨੂੰ ਆਪਣੇ ਬ੍ਰਹਮ ਤੇ ਭਰੋਸਾ ਡਗਮਗਾਉਂਦਾ ਨਜ਼ਰ ਆਇਆ ਪਾਸ਼ਾ ਜੀ ਹੁਕਮ ਕੀਤਾ ਨਹੀਂ ਤੁਸੀਂ ਬੱਚੇ ਸਮੇਤ ਬੈਠੋ ਪੈਰੇ ਦੇ ਮਾਲਕ ਪਾਰਬ੍ਰਮ ਨੇ ਰੱਖਿਆ ਤੇ ਕਰਨੀ ਹੀ ਸੀ ਕਿਉਂਕਿ ਮਾਈ ਭਜਨ ਤੇ ਉਸੇ ਹੀ ਪਾਰਬ੍ਰਮ ਦਾ ਕਰਦੀ ਸੀ ਜਦੋਂ ਕੋ ਅਭਿਮਾਨ ਆ ਗਿਆ ਸੀ ਮਾਈ ਨੂੰ ਮਾਈ ਗੋਦੀ ਵਿੱਚ ਬੱਚੇ ਨੂੰ ਲੈ ਕੇ ਬੈਠ ਗਈ ਸਾਗੂ ਸੱਚੇ ਪਾਸ਼ਾ ਜੀ ਨੇ ਆਪਣੀ ਲੋਈ ਆਪਣੇ ਤੋਂ ਲਾ ਕੇ ਮਾਈ ਦੇ ਉੱਤੇ ਦੇ ਦਿੱਤੀ ਅਗਨੀ ਪ੍ਰਚੰਡ ਹੋਈ ਜੇ ਸਾਰੀਆਂ ਲੱਕੜਾਂ ਬਲਕਿ ਸਵਾ ਕੋਲੇ ਹੋ ਗਈਆਂ ਤਾਂ ਕੀ ਵੇਖਦੇ ਹਨ ਕਿ ਮਾਈ ਮਾਈ ਬੱਚੇ ਨੂੰ ਗੋਦ ਵਿੱਚ ਲਈ ਉਸੇ ਤਰ੍ਹਾਂ ਬੈਠੀ ਭਜਨ ਕਰ ਰਹੀ ਹੈ ਬੱਚੇ ਦੇ ਮਾਈ ਦਾ ਵਾਲ ਵੀ ਨਾ ਸੜਿਆ ਸਾਗੂ ਸੱਚੇ ਪਾਤਸ਼ਾਹ ਜੀ ਨੇ ਫਿਰ ਮਾਈ ਨੂੰ ਬਾਹੋਂ ਫੜ ਕੇ ਉਠਾਇਆ ਤੇ ਬਚਨ ਕੀਤਾ ਨੇ ਅਗਨੀ ਪਾਣੀ ਹਵਾ ਸਭ ਮੇਰੇ ਵਾਸ ਵਿੱਚ ਹਨ ਮੇਰੇ ਹੁਕਮ ਤੋਂ ਬਿਨਾ ਇਹ ਨਹੀਂ ਚੱਲ ਸਕਦੇ ਜਿਸ ਬ੍ਰह्म ਗਿਆਨ ਦਾ ਤੈਨੂੰ ਮਾਣ ਹੰਕਾਰ ਹੈ ਉਸ ਦਾ ਪਾਰ ਬ੍ਰह्म ਮੈਂ ਹਾਂ ਮੇਰੇ ਹੀ ਹੁਕਮ ਨਾਲ ਸਾਰੀ ਸ੍ਰਿਸ਼ਟੀ ਚੱਲਦੀ ਹੈ ਤਦ ਜਾ ਕੇ ਮਾਈ ਦਾ ਸਿਰ ਨੀਵਾ ਹੋਇਆ ਮਾਈ ਨੇ ਚਰਨੀ ਟਹਿ ਕੇ ਆਪਣੀ ਪੂਲ ਬਖਸ਼ਾਈ ਬਖਸ਼ਸ਼ਾ ਦੇ ਮਾਲਕ ਨੇ ਮਾਈ ਨੂੰ ਮੁੜ ਜੀਵਨ দান ਦਿੱਤਾ ਇਸੀ ਤਰ੍ਹਾਂ ਹੀ ਹਰੀਦਵਾਰ ਦਰਿਆ ਦੇ ਕੰਢੇ ਤੇ ਇੱਕ ਲੱਕੜ ਦੀ ਵੱਡੀ ਸਾਰੀ ਗੇਲੀ ਸੀ ਉਸ ਨੂੰ ਅੱਗ ਲੱਗ ਗਈ ਸੈਗੁਰ ਰਾਮ ਸਿੰਘ ਜੀ ਨੇ ਉਸ ਗੇਲੀ ਨੂੰ ਗੰਗਾ ਵਿੱਚ ਸੁੱਟਣ ਦਾ ਹੁਕਮ ਕੀਤਾ ਇੱਕ ਪਾਸੇ ਤੋਂ ਆਪ ਚੁੱਕਿਆ ਤੇ ਦੂਜੇ ਪਾਸੇ ਤੋਂ ਸੰਗਤ ਨੂੰ ਹੁਕਮ ਸੁਣਾਇਆ ਸੰਗਤ ਕੋਲੋਂ ਗੇਲੀ ਚੁੱਕੀ ਨਾ ਗਈ ਤਾਂ ਸੈਗੁਰ ਰਾਮ ਸਿੰਘ ਜੀ ਨੇ ਭਾਈ ਬੁੱਧ ਸਿੰਘ ਜੀ ਜੋ ਬਾਅਦ ਵਿੱਚ ਸੈਗੁਰੂ ਹਰ ਸਿੰਘ ਜੀ ਦੇ ਨਾਮ ਨਾਲ ਗੱਦੀ ਤੇ ਸ਼ਿਸ਼ੋਭਿਤ ਹੋਏ ਉਹਨਾਂ ਨੂੰ ਹੁਕਮ ਕੀਤਾ ਆ ਭਾਈ ਇਹ ਕਾਰ ਤੇਰੇ ਤੇ ਮੇਰੇ ਹੀ ਸੰਭਾਲਣ ਵਾਲੀ ਹੈ ਸੋ ਇੱਕ ਪਾਸੇ ਤੋਂ ਸਾਗੂ ਰਾਮ ਸਿੰਘ ਜੀ ਨੇ ਉਸ ਗੇਲੀ ਨੂੰ ਚੁੱਕਿਆ ਤੇ ਦੂਜੇ ਪਾਸੇ ਤੋਂ ਉਹਨਾਂ ਦੇ ਭਰਾ 부ਧ ਸਿੰਘ ਜੀ ਨੇ ਦੋਹਾਂ ਭਰਾਵਾਂ ਨੇ ਹੀ ਉਹ ਗੇਲੀ ਚੁੱਕ ਕੇ ਗੰਗਾ ਦਰਿਆ ਵਿੱਚ ਸੁੱਟ ਦਿੱਤੀ ਉਹ ਕੋਈ ਆਮ ਮਨੁੱਖ ਥੋੜੀ ਸੀ ਉਹ ਤੇ ਸਾਰਿਆ ਯੁਗਾਂ ਦਾ ਕਰਤਾ ਆ ਪ੍ਰਮੇਸ਼ਵਰ ਅਕਾਲ ਪੁਰਖ ਸੀ ਤੇ ਹੁਣ ਵੀ ਉਹਨਾਂ ਦਾ ਹੀ ਸাকার ਰੂਪ ਸ਼੍ਰੀ ਸਤਗੁਰੂ ਜੀ ਗੱਦੀ ਤੇ ਬਿਰਾਜਮਾਨ ਹੋ ਸਿੱਖਾਂ ਸੇਵਕਾਂ ਦਾ ਭਲਾ ਕਰ ਪਰਮੇਸ਼ਰ ਦੇ ਦਰਸ਼ਨ ਕਰਾ ਜੀਵਨ ਸਫਲਾ ਕਰ ਰਹੇ ਹਨ ਸਾਹ ਸੰਗਤ ਦਾ ਉਸ ਤੋਂ ਬਾਅਦ ਫਿਰ ਸਤਗੁਰ ਆਮ ਸਿੰਘ ਜੀ ਨੇ ਆਲੀਆਂ ਵਿੱਚੋਂ ﺍﻟमारीਆਂ ਵਿੱਚੋਂ ਗ੍ਰੰਥ ਸਾਹਿਬ ਗਾੜ ਗਾੜ ਕੇ ਉਸ ਨੂੰ ਝਾੜਿਆ ਪੁੰਜਿਆ ਤੇ ਫਿਰ ਤੋਂ ਸਿੱਖਾਂ ਨੂੰ ਇਹਨਾਂ ਤੋਂ ਪਾਠ ਕਰਨ ਦਾ ਹੁਕਮ ਕੀਤਾ ਤਾ ਕੁਝ ਕੁ ਸਿੱਖਾਂ ਨੇ ਉੱਥੇ ਸਾਗੂ ਰਾਮ ਸਿੰਘ ਜੀ ਨੂੰ ਅਰਜ਼ ਕੀਤੀ ਜਿਸ ਤਰ੍ਹਾਂ ਪਹਿਲੇ 4-5 ਪਾਤਸ਼ਾ ਗੁਰੂਆਂ ਨੇ ਬਾਣੀ ਉਚਾਰਨ ਕੀਤੀ ਹੈ ਆਪ ਜੀ ਵੀ ਆਪਣੀ ਬਾਣੀ ਉਚਾਰਨ ਕਰੋ ਜੀ ਉੱਥੇ ਸੀ ਸਾਗੂ ਰਾਮ ਸਿੰਘ ਜੀ ਨੇ ਢੀਡ ਮੰਗਵਾਈ ហេਠਾ ਲੱਕੜਾ ਰੱਖ ਕੇ ਉੱਪਰ ਪੀੜਾ ਰੱਖ ਕੇ ਢੀਡ ਰੱਖੀ ਤੇ ਉੱਪਰ ਰੁਮਾਲੀ ਪਾ ਕੇ ਉੱਪਰ ਫਿਰ ਸਾਫ ਰੱਖ ហេਠਾ ਅਗਲਾ ਦਿੱਤੀ ਜਦ ਅਗਨੀ ਠੰਡੀ ਹੋਈ ਤਾਂ ਕੀ ਵੇਖਿਆ ਭੀੜ ਤਾਂ ਉਸੇ ਤਰ੍ਹਾਂ ਸੁਰੱਖਿਅਤ ਰਹਿਣੀ ਸੀ ਭੀੜ ਦੇ ਉੱਪਰ ਪਈ ਰੁਮਾਲੀ ਨੂੰ ਵੀ ਸੇਕ ਨਾ ਲੱਗਿਆ ਫਿਰ ਸਰਗੁਰੂ ਰਾਮ ਸਿੰਘ ਜੀ ਨੇ ਹੁਕਮ ਕੀਤਾ ਭਾਈ ਇਹ ਬਾਣੀ ਤੂਰੋਂ ਆਈ ਹੈ ਇਹ ਤਾਂ ਪਹਿਲਾਂ ਹੀ ਪਰਿਪੂਰਨ ਹੈ ਇਸ ਵਿੱਚ ਹੋਰ ਬਾਣੀ ਦਰਜ ਕਰਨ ਦੀ ਕੋਈ ਜ਼ਰੂਰਤ ਨਹੀਂ ਸੋ ਉਸ ਦਿਨ ਤੋਂ ਲੋਕ ਬਾਣੀ ਪੜਨ ਲੱਗ ਪਏ ਗ੍ਰੰਥ ਸਾਹਿਬ ਜੀ ਕਹਿਣ ਲੱਗ ਪਏ ਨਹੀਂ ਤਾਂ ਪਹਿਲਾਂ ਤਾਂ ਪੋਥੀ ਜਾਂ ਗ੍ਰੰਥੀ ਸ਼ਬਦ ਹੀ ਵਰਤਦੇ ਸਨ ਸਾਰੇ ਆਕ ਲਈਏ ਤਾਨ ਸਿਰ ਸਾਧ ਗੁਰੂ ਰਾਮ ਸਿੰਘ ਜੀ ਤਾਨ ਸਿਰ ਸਾਧ ਗੁਰੂ ਜਗਜੀਤ ਸਿੰਘ